कानून रद्द करो, सारे कानून रद्द करो। हाँ ये जिहड़ा धरने ते असीं पहुंचे हैं, इन्हां ने साडे सहयोग वास्ते किसानां दे जिहड़े दिल्ली धरना लग्या होया उहदे सहयोग ते 100 दिन पूरे हो रहे हैं। जिहड़े गुलमोहर दे सामने धरना लग्या होया, 2-3 ट्रस्ट वालों लग्या होया, तो इन्हां दा बुलाया सी, इन्हां ते इन्हां दा धन्नवाद करन वी आए हैं भी शहरी वर्ग भी साडे नाल मोढ़े नाल मोढ़ा ला के खड़ा। तुसीं बराड़ी रोड ते इत्थे दिल्ली बॉर्डर ते काफ़ी देर रहे हो, ਅਸੀਂ ਲਗਾਤਾਰ 2.5 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕਰਨ ਤੋਂ ਬਾਅਦ ਹੁਣ 6.5 ਮਹੀਨੇ ਤੋਂ ਉੱਪਰ 26 ਤਰੀਕ ਨੂੰ 7 ਮਹੀਨੇ ਹੋ ਜਾਣੇ ਲਗਾਤਾਰ ਉੱਥੇ ਬੈਠੇ ਹਾਂ ਅਤੇ ਕਿਸਾਨ ਵੀ ਬੈਠੇ ਨੇ। ਜਿਵੇਂ ਵੀ ਫਸਲਾਂ ਵੱਢਣ ਆਉਂਦੇ ਹਾਂ, ਜੇ 5-10 ਦਿਨ ਲਈ ਆਉਂਦੇ ਤਾਂ ਮੁੜ ਜਾਂਦੇ ਆ, ਜੇ ਹੁਣ ਫਸਲ ਲਾਉਣ ਆਏ ਹਾਂ ਤਾਂ 2-4 ਦਿਨ ਬਾਅਦ ਹੁਣ ਮੁੜ ਜਾਣਾ ਇੱਥੋਂ। ਤਾਂ ਇਸ ਕਰਕੇ ਇਹ ਸੰਘਰਸ਼ ਜਿਹੜੀ ਮੁਲਦੀ ਆ ਹਾਸਲ ਕਰਨੀ ਸੀ ਉਸ ਤੋਂ ਵੀ ਉੱਪਰ ਜਾ ਚੁੱਕੇ ਆ, 3 ਕਾਨੂੰਨ ਅਤੇ MSP ਪਿੱਛੇ ਗਏ ਆ। ਪਰ ਇਹ ਡੈਮੋਕ੍ਰੇਸੀ ਦਾ ਜਿਹੜਾ ਘਾਣ ਹੋ ਰਿਹਾ, ਡੈਮੋਕ੍ਰੇਸੀ ਦਾ ਜਿਹੜਾ ਮੁਕਾਬਲਾ ਕਰਨ ਨੂੰ ਇਹ ਸੰਘਰਸ਼ ਖੜਾ, ਅਤੇ ਜਿਹੜੀ ਵਿਰੋਧੀ ਦਲ ਨੇ ਭੂਮਿਕਾ ਨਿਭਾਉਣੀ ਸੀ ਉਹੋ ਜਿਹੀ ਭੂਮਿਕਾ ਨਿਭਾਉਣ ਦੇ ਨੇੜੇ ਪਹੁੰਚ ਚੁੱਕੇ ਆ। ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਬੜੀ ਚਹਿਲ ਪਹਿਲ ਹੋ ਚੁੱਕੀ ਹੈ, ਕਿਹੜੀ ਪਾਰਟੀ ਜਿਹੜੀ ਕਿਸਾਨਾਂ ਨੂੰ ਸਮਰਥਨ ਦੇਗੀ? ਦੇਖੋ ਸਾਰੀਆਂ ਪਾਰਟੀਆਂ ਹੁਣ ਤਾਂ ਕਹਿ ਲਓ ਵੀ ਉਹੀ ਤੁਹਾਡੇ ਹੰਝੂ ਸਾਫ਼ ਕਰਨ ਨੂੰ ਸਾਰੀਆਂ ਆਉਣਗੀਆਂ, ਪਰ ਕਿਸੇ ਨੇ ਹਾਂ ਦਾ ਨਾਰਾ ਚੰਗੀ ਤਰ੍ਹਾਂ ਮਾਰਿਆ ਨਹੀਂ। ਹੁਣ ਉਹ ਸੰਘਰਸ਼ ਲੋਕਾਂ ਦੇ ਸਾਹਮਣੇ ਆ ਚੁੱਕਿਆ, ਲੋਕ ਆਵਾਜ਼ ਬਣ ਚੁੱਕਿਆ, ਜਦ ਤੱਕ ਉਹ ਸੰਘਰਸ਼ ਨਹੀਂ ਜਾਂਦਾ ਉਸ ਪਾਸੇ ਕਿਸੇ ਪਾਸੇ ਧਿਆਨ ਨਹੀਂ ਹੈ। ਜਿਹੜੀ ਚਿੱਠੀ ਲਿਖੀ ਹੈ ਜੀ ਉਹਦਾ ਪਹਿਲਾਂ ਹੀ 4 ਮਹੀਨੇ ਤਾਂ ਜਿਹੜੀ ਪ੍ਰਧਾਨ ਮੰਤਰੀ ਨੇ ਸਭ ਤੋਂ ਉੱਚਮ ਆਪਣੀ ਪਾਰਲੀਮੈਂਟ ਆ ਉਹਦੇ 'ਚ ਖੜ ਕੇ ਕਿਹਾ ਸੀ ਵੀ 1 ਮਿੰਟ ਦੀ ਦੂਰੀ 'ਤੇ ਆ ਕਿਸਾਨ ਸਾਡੇ ਤੋਂ, ਤਾਂ 4 ਮਹੀਨੇ ਤੱਕ ਕੋਈ ਉਹਦੀ ਆਵਾਜ਼ ਨਾ ਆਉਣ ਤੋਂ ਬਾਅਦ ਅਸੀਂ ਚਿੱਠੀ ਲਿਖਣ 'ਚ ਮਜਬੂਰ ਹੋਏ, ਅਤੇ ਚਿੱਠੀ ਲਿਖ ਕੇ ਅਸੀਂ ਪ੍ਰਧਾਨ ਮੰਤਰੀ ਲਿਖਿਆ ਵੀ ਸਾਡੇ ਨਾਲ ਟੇਬਲ 'ਤੇ ਟੋਕ ਕਰੋ, ਕਿਉਂਕਿ ਛੋਟੇ ਲੀਡਰ ਕਹਿੰਦੇ ਸੀ ਵੀ ਹਰ ਗੱਲਬਾਤ ਸਰਕਾਰ ਸੜਕ 'ਤੇ ਨਹੀਂ ਟੇਬਲ ਟੋਕ 'ਤੇ ਆਉਂਦੀ ਹੈ, ਅਤੇ ਟੇਬਲ ਟੋਕ 'ਤੇ ਕਰਨ ਵਾਸਤੇ ਅਸੀਂ ਲਿਖਿਆ, ਅਤੇ ਅੱਜ ਤੱਕ ਉਹਦਾ ਹੁਣ 1 ਮਹੀਨਾ 23 ਤਰੀਕ ਨੂੰ ਹੋ ਜਾਣਾ ਅਤੇ ਉਹਦਾ ਵੀ ਕੋਈ ਜਵਾਬ ਨਹੀਂ ਹਾਲੇ ਤੱਕ ਆਇਆ, ਅਤੇ ਟੇਬਲ ਟੋਕ 'ਤੇ ਵੀ ਸਰਕਾਰ ਭੱਜ ਰਹੀ ਹੈ। ਡੈਮੋਕ੍ਰੇਸੀ ਦੇ ਹਰ ਇੱਕ ਘਾਣ ਦਾ ਤਰੀਕਾ ਜਿਹੜਾ ਵੀ ਵਰਤਿਆ ਜਾ ਸਕਦਾ ਸੀ ਸੰਘਰਸ਼ ਦੇ ਵਿੱਚ ਵਰਤਿਆ, ਅਤੇ ਉਹਦਾ ਘਾਣ ਕਰਨ ਦਾ ਤਰੀਕਾ ਇਹਨਾਂ ਨੇ ਸਰਕਾਰ ਨੇ ਵਰਤਿਆ। ਮੈਂ ਅਨਿਲ ਗੋਇਲ, ਫਾਊਂਡਰ ਐਂਡ ਪ੍ਰੈਜ਼ੀਡੈਂਟ ਆਫ ਇਨਸਾਨੀ ਲੋਕ ਵਿਕਾਸ ਪਾਰਟੀ। ਅੱਜ ਨੁਮਾਨਾ ਜੀ ਨੇ ਕਿਸਾਨ ਮੋਰਚੇ 'ਤੇ ਆਮੰਤਰਣ ਦਿੱਤਾ ਅਤੇ ਸਾਨੂੰ ਬਹੁਤ 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 ਜ਼ਿਆਦਾ ਖੁਸ਼ੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਉਰੇ ਕਾਦੀਆਂ ਤੋਂ ਵੀ ਜਿਹੜੇ 6 ਮਹੀਨੇ ਤੋਂ ਬੈਠੇ ਨੇ ਉਹ ਵੀ ਆਏ ਨੇ, ਉਹਨਾਂ ਦਾ ਸਤਿਕਾਰ ਹੋਇਆ, ਆਦਰ ਸਤਿਕਾਰ ਹੋਇਆ। ਅਸੀਂ ਕਿਸਾਨਾਂ ਨੂੰ ਬਹੁਤ ਸਮਰਥਨ ਦਿੱਤਾ, ਪੂਰਾ ਸਮਰਥਨ ਆ ਸਾਡਾ ਕਿਸਾਨਾਂ ਦੇ ਨਾਲ, ਅਤੇ ਪਹਿਲਾਂ ਵੀ ਅਸੀਂ 6 ਮਹੀਨਿਆਂ ਤੋਂ ਪੂਰਾ ਸਮਰਥਨ ਦੇ ਰਹੇ ਹਾਂ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ ਕਿੰਨੀ ਵਾਰ। ਮੋਦੀ ਜੀ ਨੂੰ ਬਹੁਤ ਬੇਨਤੀ ਆ ਕਿ ਉਹ ਅਕਾਲੀ ਕਾਨੂੰਨ ਜਲਦ ਤੋਂ ਜਲਦ ਰੱਦ ਕਰ ਦੇਣ। ਇਨਸਾਨੀਅਤ ਦਾ ਖੂਨ ਹੋ ਰਿਹਾ ਵਾ, ਇਨਸਾਨੀਅਤ ਸਮਝਣ ਅਤੇ ਇਨਸਾਨੀਅਤ 'ਤੇ ਆਉਣ ਅਤੇ ਕਿਸਾਨਾਂ ਦੇ ਸਮਰਥਨ 'ਚ ਉਤਰਨ ਅਤੇ ਕਿਸਾਨ ਬਿੱਲ ਰੱਦ ਕਰਨ। ਜੈ ਹਿੰਦ, ਜੈ ਜਵਾਨ, ਜੈ ਕਿਸਾਨ।